ਭਾਈ ਸਾਡੇ ਦਾ ਥੋੜਾ ਰੰਗ ਕਾਲਾ ਵਾ ਆ ਕਮੈਂਟ ਵਿੱਚ ਮੈਨੂੰ ਦੱਸਿਓ ਮੈਨੂੰ ਕੋਈ ਕਰੀਮ ਦਾ ਨਾਂ ਦੱਸਿਓ ਸਾਡੇ ਭਾਈ ਦਾ ਰੰਗ ਥੋੜਾ ਕਾਲਾ ਵਾ ਅਸੀਂ ਚਿੱਟਾ ਰੰਗ ਦਾ ਕਰਨਾ ਆ ਵੇਖੋ ਨਾ ਵੇਖੋ ਕਿੰਨਾ ਮਾਸ਼ਾਅੱਲਾ ਕਿੰਨਾ ਚਿੱਟਾ ਰੰਗ ਆ ਭਾਈ ਥੋੜਾ ਰੰਗ ਕਾਲਾ ਵਾ ਇਹ ਭਾਈ ਦਾ ਰੰਗ ਥੋੜਾ ਕਾਲਾ ਸੀ ਚਿੱਟਾ ਕਰਨਾ ਵਾ ਅਸਲਾਮ ਅਲੈਕਮ ਜੀ ਅੱਜ ਦਾ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ ਜੀ ਸਾਡੇ ਨਾਲ ਦੇ ਹਾਰ ਗਏ ਆ ਅਤੇ ਇਸ ਖੁਸ਼ੀ ਵਿੱਚ ਜਨਾਬ ਹੁਣੇ ਸਾਨੂੰ ਪੀਜ਼ਾ ਖਵਾਉਣ ਜਾ ਰਿਹਾ ਪੀਜ਼ਾ ਖਾਣ ਤੋਂ ਪਹਿਲੇ ਜਨਾਬ ਤੁਹਾਡਾ ਮਹਿਬੂਬ ਆਪਣੇ ਚੈਨਲ ਦਾ ਨਾਂ ਆਪਾਂ ਚੱਲ ਸਟੇਰੀ ਆ ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਅਤੇ ਬੈਲ ਜਿਹੜੀ ਆ ਚੱਕ ਦਿਓ ਫਟੇ ਤੋੜ ਦਿਓ ਠੀਕ ਆ ਬਾਬਾ ਜੀ ਆ ਜਾਓ ਤੁਹਾਨੂੰ ਮਿਲਦੇ ਅੱਗੇ ਲਓ ਜੀ ਜਨਾਬ ਆ ਕਿਹੜਾ ਮਹੀਨਾ ਜਾ ਰਿਹਾ ਅਪ੍ਰੈਲ ਚੌਥਾ ਮਹੀਨਾ ਜਾ ਰਿਹਾ ਅਤੇ ਵੇਖੋ ਕਿੰਨੀ ਧੁੰਦ ਪਈ ਹੋਈ ਆ ਹਾਏ 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 ਅਸੀਂ ਇੰਨੀ ਸਰਦੀ ਵਿੱਚ ਵੀ ਜਨਾਬ ਪੀਜ਼ਾ ਖਾਣ ਜਾ ਰਹੇ ਹਾਂ ਪੀਜ਼ਾ ਇਹ ਵੀ ਨਾਲ ਹੀ ਆ ਇਹ ਪੀਜ਼ਾ ਖਾਣ ਜਾ ਰਹੇ ਹਾਂ ਖੁਸ਼ੀ ਦੀ ਹਰੀ ਹਰ ਗਏ ਨੇ ਜਨਾਬ ਹੁਣੇ ਇਹਨਾਂ ਨੇ ਮੈਚ ਖੇਡਿਆ ਅੱਜ ਮੈਚ ਖੇਡ ਕੇ ਤਾਂ ਖੁਸ਼ੀ ਵਿੱਚ ਖਵਾ ਰਹੇ ਮੇਨ ਬੋਲਰ ਤੇ ਸਾਡੇ ਹਾਂ ਐਜ ਅ ਫਿੰਗਰ ਤੇ ਰੰਦ ਗੋਲੀ ਮਾਰ ਆ ਬਾਬਾ ਜੀ ਸਾਰੀ ਭਾਈ ਧੁੰਦ ਆਏ ਆਈ ਨਹੀਂ ਧੁੰਦ ਆ ਜੀ ਸਾਡੇ ਪਿੰਡ ਦੀ ਮੋਟਰਵੇ ਸਿੰਗਲ ਮੋਟਰਵੇ ਸਾਡੇ ਪਿੰਡ 'ਚੋਂ ਨਿਕਲ ਕੇ ਅੱਗੇ ਮੇਨ ਡਬਲ ਮੋਟਰਵੇ 'ਤੇ ਚੜ੍ਹ ਜਾਂਦੀ ਸਾਡੇ ਪਿੰਡ ਵਾਲਿਆਂ ਦਾ ਮਾਸ਼ਾ ਤਫਾਹ ਕਿੰਨਾ ਵਾ ਸਿੰਗਲ ਮੋਟਰਵੇ ਅਸੀਂ ਡਬਲ ਮੋਟਰਵੇ ਬਣਾ ਦਿੱਤੀ ਆ ਤਾਂ ਨਜ਼ਰ ਆ ਰਹੀ ਹੋਣੀ ਆ ਕਿੰਨੀ ਜ਼ਬਰਦਸਤ ਮੋਟਰਵੇ ਆ ਧੁੰਦ ਵੇਖੋ ਕਿੰਨੀ ਪਈ ਚੌਥੇ ਮਹੀਨੇ 'ਚ ਹਾਏ ਹਾਏ ਨਜ਼ਾਰੇ ਕਿਆ ਬਾਤ ਕਿ 120 ਦੀ ਸਪੀਡ 'ਤੇ ਗੱਡੀ ਜਾ ਰਹੀ ਮੇਰੀ 120 ਦੇ ਸੁਰੇ ਹੋ ਗਈਆਂ ਮੇਰੀਆਂ ਤਾਂ ਚਲੋ ਕੋਈ ਨਹੀਂ ਅੱਗੇ ਜਾ ਕੇ ਦਿਖਾਉਂਦੇ ਹਾਂ ਲਓ ਜੀ ਭਾਈ ਸਾਹਿਬ ਤੁਹਾਨੂੰ ਦੱਸਿਆ ਸੀ ਕਿ ਪੀਜ਼ਾ ਖਾਣ ਜਾ ਰਹੇ ਹਾਂ ਅਤੇ ਹਰੀ ਟੀਮ ਕੋਲ ਆਪਾਂ ਕੋਈ ਨਹੀਂ ਖੇਡਿਆ ਆਪਾਂ ਅਸਤੀਫਾ ਦੇ ਦਿੱਤਾ ਅੱਗੇ ਖੇਡਦੇ ਹੁੰਦੇ ਸੀ ਅਤੇ ਆਪਾਂ ਕੱਪ ਇੰਨੇ ਦੇ ਦਿੱਤੇ ਆ ਤਗਮੇ ਇੰਨੇ ਜਿੱਤ ਲਿਆ ਸਟਾਰ ਸਟੂਰ ਲੱਗੇ ਸੀ ਸਾਰੇ ਲਵਾ ਕੇ ਆਪਾਂ ਪਿੰਡ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਆ ਬਹੁਤ ਤਰ੍ਹਾਂ ਭਰਾ ਮੈਚ ਖੇਡਦੇ ਸੀ ਬਹੁਤ ਜ਼ਿਆਦਾ ਲੋਸ਼ੇ ਹੁਣ ਆਪਾਂ ਅਸਤੀਫਾ ਦੇ ਦਿੱਤਾ ਕਿਉਂਕਿ ਬੁੱਢੇ ਹੋ ਗਏ ਉਮਰ ਹੋ ਗਏ ਇੱਕ ਟਾਈਮ ਹੁੰਦਾ ਹਰ ਚੀਜ਼ ਦਾ ਹੁਣ ਨੌਜਵਾਨ ਮੁੰਡੇ ਜਿਹੜੇ ਤਬਕੇ ਪਿੱਛੇ ਖੇਡਦੇ ਆ ਇਹਨਾਂ ਨੂੰ ਆਪਾਂ ਟ੍ਰੇਨ ਕੀਤਾ ਫੁੱਲ ਅਤੇ ਜਨਾਬ ਇਹ ਹੱਜ ਗਏ ਹਾਰ ਗਏ ਨੇ ਉਹਦਾ ਵਲੌਗ ਨਹੀਂ ਮੈਂ ਬਣਾ ਸਕਿਆ ਕਿਉਂਕਿ ਬਿਜ਼ੀ ਸੀ ਅੱਜ ਮੈਂ ਦਿਨ ਦੇ ਵਿੱਚ ਅਤੇ ਸਟੇਡੀਅਮ ਵੀ ਨਹੀਂ ਜਾ ਸਕਿਆ ਅਤੇ ਬਹੁਤ ਬੁਰੇ ਤਰੀਕੇ ਨਾਲ ਭਾਈ ਸਾਹਿਬ ਹਾਰਿਆ ਵੈਸੇ ਹਰਨ ਰੀਜ਼ਨ ਸੁਣ ਲਓ ਕਿ ਅਗਲੀ ਟੀਮ ਨੇ 220 ਸਕੋਰ ਬਣਾਇਆ 20 ਓਵਰਾਂ 'ਚ ਭਾਈ ਸਾਹਿਬ ਹੁਣਾਂ ਨੇ 58 ਸਕੋਰ ਬਣਾਇਆ 8 ਓਵਰਾਂ 'ਚ ਆਲ ਟੀਮ ਆਊਟ ਐਂ ਵੇਖੋ ਐਡੇ ਹੋਣ ਹਾਰ ਮਾਸ਼ਾਅੱਲਾ ਇੱਧਰ ਦੇਖੋ ਆਹ ਹੁਣ ਹਰ ਬੈਸਟਮੈਨ ਉਹ ਇੱਧਰ ਦੇਖ ਉਹ ਸ਼ਾਦ ਫਰੀਦੀ ਇਹ ਦੇਖੋ ਹੁਣ ਹਰ ਰੁਪਈਆ 20,000 ਹਰ ਕੇ ਬਹਿ ਗਏ ਆਰਾਮ ਨਾਲ ਚਲੋ ਹੁਣ ਖਵਾਓ ਮੈਨੂੰ ਜਾ ਕੇ ਪੀਜ਼ਾ ਇਸੇ ਖੁਸ਼ੀ 'ਚ ਚਲੋ ਤੁਰੋ ਹਾਂਜੀ ਜਨਾਬ ਇਸ ਟਾਈਮ ਤਕਰੀਬਨ ਰਾਤ ਕੀ ਟਾਈਮ ਹੋ ਗਿਆ 9 ਵੱਜ ਗਏ ਹੈਂ ਅਤੇ ਪਿੰਡ ਦੇ ਵਿੱਚੋਂ ਇਸ ਟਾਈਮ ਨਿਕਲਣਾ ਥੋੜ੍ਹਾ ਮੁਸ਼ਕਿਲ ਹੁੰਦਾ ਸਾਡਾ ਜਿਹੜਾ ਪਿੰਡ ਹੈ ਨਾ ਸੜਕ ਤੋਂ ਕਾਫੀ ਹੱਟ ਕੇ ਤਕਰੀਬਨ 2 ਕਿਲੋਮੀਟਰ ਪਿੱਛੇ ਆ ਚੋਰ ਚੂਰ ਵੀ ਪੈ ਜਾਂਦੇ ਆ ਅਤੇ ਫਿਰ ਚੋਰ ਸਾਡੇ ਸਾਈਡ 'ਤੇ ਚੋਰ ਬੰਦੇ ਦਾ ਨਾਲਾ ਕੱਢ ਕੇ ਨਾ ਉਹਨੇ ਬੰਨ ਕੇ ਫਸਲਾਂ ਸਿੱਟਦੇ ਆ ਅਤੇ ਪੈਸੇ ਤਾਂ ਖੁੰਦੇ ਖੁੰਦੇ ਮੋਬਾਇਲ ਵੀ ਲੈ ਜਾਂਦੇ ਅਤੇ ਕੁੱਟਦੇ ਬਹੁਤ ਆ ਬਾਕੀ ਹੋਰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਮਾਰਦੇ ਬਹੁਤ ਆ ਅਤੇ ਹੁਣ ਫਿਲਹਾਲ ਅਸੀਂ 4-5 ਜਾਣੇ ਇਸ ਕਰਕੇ ਬੇਲੋਸ ਬਗੈਰ ਡਰ ਤੋਂ ਅਸੀਂ ਨਿਕਲੇ ਹਾਂ ਸ਼ਹਿਰ ਜਾ ਰਹੇ ਹਾਂ ਪੀਜ਼ਾ ਖਾਣ 18 ਕਿਲੋਮੀਟਰ ਦੂਰ ਆ ਸਾਡੇ ਪਿੰਡ ਤੋਂ ਕਿੰਨਾ 18 ਕਿਲੋਮੀਟਰ ਦੂਰ ਅਤੇ ਹਜੇ ਮਸਾਂ ਹੀ ਕੋਈ 6-7 ਕਿਲੋਮੀਟਰ ਕੀਤਾ ਅਤੇ ਪੈਟਰੋਲ ਮੁੱਕ ਗਿਆ ਜਨਾਬ ਹੁਣ ਦਾ ਉਹ ਪੈਟਰੋਲ ਪਾ ਰਹੇ ਆ ਇਹ ਮੇਰੇ ਨਾਲ ਖੋਤੇ ਇੱਥੇ ਹਾਏ 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 ਦੇਖੋ ਨਾ ਕਿੰਨੇ ਖੁਸ਼ ਹਾਰ ਕੇ ਮੈਚ ਸੁਭਾਨ ਅੱਲਾ ਮਾਂ ਸਦਕੇ ਜਾਵੇ ਮਾਂ ਸ਼ੁਕਰੇ ਜਾਵੇ ਹਾਂ ਇੱਕ ਜਿੱਤੇ ਵੀ ਆ ਨਹੀਂ ਮੈਂ ਹਰਿਆਂ ਦੱਸਣਾ ਨਾ ਹਰਿਆਂ ਦਾ ਕਿਉਂਕਿ ਮੈਂ ਪਾਰਟੀ ਹਰਿਆਂ ਦੀ ਖਾ ਰਿਹਾ ਹਾਂ ਓਏ ਆ ਜਾਓਗਾ ਆ ਗਏ ਆ ਗਏ ਆ ਗਏ ਬੜੇ ਖੁਸ਼ ਆ ਹਾਰ ਕੇ ਬੜੀ ਖੁਸ਼ੀ ਨਾਲ ਪਾਰਟੀ ਖਵਾ ਰਿਹਾ ਚਲੋ 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 ਲਓ ਜੀ ਆ ਗਏ ਹਾਂ ਸਾਡੀ ਜਗ੍ਹਾ 'ਤੇ ਅਤੇ ਜਨਾਬ ਅੱਛਾ ਘੈਂਟ ਆ ਕੰਮ ਪੈਸਾ ਖਰਚਾ ਕਰੋ ਤਾਂ ਚਰਚਾ ਹੋਣਾ ਨਾ ਜਿਵੇਂ ਹੁਣ ਤੁਸੀਂ ਖਰਚਾ ਕਰਨਾ ਵਾ ਇਹ ਮੈਂ ਵਲੌਗ ਦੇ ਵਿੱਚ ਤੁਹਾਡਾ ਚਰਚਾ ਲੈ ਕੇ ਆ ਰਿਹਾ ਵਾਂ ਅਤੇ ਜਨਾਬ ਪਹੁੰਚ ਗਏ ਅਤੇ ਦੇਖੋ ਖਾਣ ਨੂੰ ਕੀ ਮਿਲਦਾ ਮੈਂ ਵੈਸੇ ਚਾਹ ਪੀਣੀ ਆ ਇੱਥੋਂ ਲੱਭ ਦੀ ਨਹੀਂ ਲੇਕਿਨ ਆਪਾਂ ਚਾਹ ਪੀਵਾਂਗੇ ਜੇ ਦਿੱਤੀ ਨਾ ਚਲੋ ਮੰਗਵਾਓ ਭਾਈ ਫਿਰ ਅਸਲਾਮ ਅਲੈਕਮ ਭਾਈ ਜਾਨ ਅਸਲਾਮ ਅਲੈਕਮ 6 ਚਾਵਾਂ ਅਤੇ ਅੱਧਾ ਕਿਲੋ ਬਿਸਕੁਟ ਇੱਕ ਪੀਜ਼ੇ ਨਾਲ ਤਾਂ ਤੁਸੀਂ ਆ ਭਾਈ ਸਾਹਿਬ ਐਂ ਪੜ੍ਹੀ ਜਾਂਦੇ ਜਿਵੇਂ ਇਹਨਾਂ ਨੇ ਹਰ ਸ਼ੈ ਮੰਗਵਾਉਣੀ ਹੁੰਦੀ ਖਾਣਾ ਕਿ ਇਹਨਾਂ ਨੇ ਪੀਜ਼ਾ ਵਾ ਐਵੇਂ ਆਹ ਸ਼ੈ ਪੜ੍ਹ ਉਹ ਸ਼ੈ ਪੜ੍ਹ
तस्वीर दे के खुश होंगे सारे थोड़ा रंग काला वा एक मिनट मैं दसियो ਮੈਨੂੰ ਕੋਈ ਕਰੀਮ ਦਾ ਨਾਂ ਦੱਸਿਓ ਸਾਡੇ ਭਾਈ ਦਾ ਰੰਗ ਥੋੜਾ ਕਾਲਾ ਵਾ ਅਸੀਂ ਚਿੱਟਾ ਰੰਗ ਦਾ ਕਰਨਾ ਆ ਵੇਖੋ ਨਾ ਵੇਖੋ ਕਿੰਨਾ ਮਾਸ਼ਾਅੱਲਾ ਕੋਣ ਚਿੱਟਾ ਰੰਗ ਆ ਭਾਈ ਥੋੜਾ ਰੰਗ ਕਾਲਾ ਵਾ ਇਹ ਭਾਈ ਦਾ ਰੰਗ ਥੋੜਾ ਕਾਲਾ ਸੀ ਚਿੱਟਾ ਕਰਨਾ ਵਾ ਕਮੈਂਟ ਜੇ ਮੈਨੂੰ ਕਰੀਮ ਦਾ ਨਾਂ ਲਾ ਦੇ ਨਹੀਂ ਦੱਸਿਓ ਕੋਈ ਚੰਗਾ ਜਿਹਾ ਠੀਕ ਹੈ ਨਾ ਤਿੰਨ ਚਾਰ ਕਰੀਮਾਂ ਦੱਸਿਓ ਜਿਹੜਾ ਰੰਗ ਚਿੱਟਾ ਸੀ ਨਹੀਂ ਇੱਕ ਹੀ ਦੱਸਣ ਚਾਰ ਪੰਜ ਖਰਾਬ ਹੋ ਜਾਣਾ ਅੱਛਾ ਚਲੋ ਠੀਕ ਆ ਨਾਂ ਵੀ ਦੱਸਣਾ ਯਾਰ ਮੈਨੂੰ ਤੁਹਾਡਾ ਇੰਤਜ਼ਾਰ ਰਹੇਗਾ ਚਲੋ ਲਾ ਦੇਣਾ ਤੂੰ ਚਿੱਟਾ ਹੋ ਜਾਣਾ ਨਹੀਂ 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 ਮੈਂ ਓਰੀਜਨਲ ਓਰੀਜਨਲ ਬਿਊਟੀ ਓਰੀਜਨਲ ਬਿਊਟੀ ਚਲੋ ਹੁਣ ਅਸੀਂ ਆਰਡਰ ਦਿੰਦੇ ਹਾਂ ਖਾ ਕੇ ਫਿਰ ਤੁਹਾਨੂੰ ਮਿਲਾਂਗੇ लो जी भाई साहब पिज़्ज़ा आ गया वा शुरू हो गया वा असं भी खा लीए बल्कि खा के ना तो दसदे आ इहदा टेस्ट कैसा हाँ हाँ मजा रहे सही है जबरदस्त ऐ भाई तुम मैं बार बार कह रहा वा कि भाई जी क्रीम तो लाजमी उन्होंने कमेंट बॉक्स दसना वा कि असं भाई क्रीम कड़ी लैके दी आ तो ठीक है माशा और भी ठीक है बाकी भी ठीक है सारे मैं तो ठीक ही हाँ फिर तो बाबा जी असी आ खा लिए खा के ते फिर तुम मिलते हैं जे मैं वीडियो बना रह गया ना ओह वो लारे तो खा भी गए पिछे मीडियम रह गया तो वीडियो चक्कर से मैं रह जाना तो खा मैं फटाफट खाव खा कर फिर तुम मिलते हैं टाटा लो जी बाबा जी पिज़्ज़ा खा के आप वापस आ गए इस टाइम पिंड के आप चौक के विचाले खड़ोते मेन सड़क के उत्ते वैसे तो चाबी मोटरसाइकिल की लभ लें इतनी होनी कि बाबा जी पिज़्ज़ा खा के वापस आए हैं तो इस वेले वैसे ना पिंड दे विच सारी वाम सुती पई है शहर में बेशक शहर कोई भी हो इस्लामाबाद हो लाहौर हो कराची फैसलाबाद इस टाइम उत्थे ना दिन का पता लगता ना रात का पता लगता क्योंकि वाम तुरती फिरती रहती है लाइटा वगैरह आने नहीं आ मेरा पिंड है जी किसी ने घर दे के लाइट बाली तो किसी ने नहीं बाली हैगी जनाब सन्नाटा पिया खड़ोता ही है सारे पिंड वाले सोते है टाइम की हो गया असी 9 बजे 8:30 9 बजे गए शहर हूँ वापस आए टाइम की हो 12 बज गया देखो किवें माशाल्लाह माँ दे लाडले पुत्र पे हुए हाय हाय पढ़ाइया हो रही माशाला किडे सोहने लग रहे पे हुए हाय हाय तो बाबा जी आप ब्लॉग का करते एंड तो तुम नैक्सट ब्लॉग से मिलते हैं वीडियो चंगी लगी हो अच्छी लगी हो लाइक सबसक्राइब करना नहीं भुलना तो आप आराम सुकून घर वड़ जाना इन्हों की एक अद्धे टका किसी की हो जानी उन्हें लगता वा तो बाबा जी चलो जी काफ़ी हो गया वा टाइम इस टाइम थोड़ा कुत्तियां आवाज़ा आ रही इन्हों भाइय आवाज़ा आ रही बस ठीक है तो बाबा जी मिलते हैं इंशाल्लाह कल नूं आपां नवें ब्लॉग च तो वीडियो पसंद आए लाइक सबसक्राइब करना नहीं भुलना। अल्लाह हाफिज़।